स्टूडेंट्स, अपना नेक्स्ट मेथड टू डिटरमिन मैकेनिज्म ऑफ अ रिएक्शन इज आइसोटोपिक लेबलिंग. सो इन आइसोटोपिक लेबलिंग सम एटम इज रिप्लेस्ड बाय इट्स आइसोटोप सो दैट वी मे लोकेट इट इन द प्रोडक्ट. अच्छा, किहदी रिप्लेसमेंट होंदी है जनरली? जां तां हाइड्रोजन दी. हाइड्रोजन दा आइसोटोप ड्यूटेरियम है. सो हाइड्रोजन नूं ड्यूटेरियम नाल जां तां असीं रिप्लेस करदे हां या फिर ऑक्सीजन 60 ਨੂੰ ਆਕਸੀਜਨ 80 ਨਾਲ ਕਰਦੇ ਹਾਂ. ਸੋ ਇਸ ਤਰ੍ਹਾਂ ਦੀ ਲੇਬਲਿੰਗ, ਜਿਹੜਾ ਵੀ ਐਟਮ ਉੱਥੇ ਇਨਵੋਲਵ ਹੋਵੇ, ਸੂਟੇਬਲ ਸਾਨੂੰ ਲੱਗੇ, ਵੀ ਕੈਨ ਰਿਪਲੇਸ ਇਟ ਵਿਦ ਇਟਸ ਆਈਸੋਟੋਪ. ਸੋ ਦਾ ਗਿਵਨ ਐਗਜ਼ਾਮਪਲ ਇਜ਼ ਸਟੈਰੀਫਿਕੇਸ਼ਨ ਆਫ ਕਾਰਬੋਕਸਲਿਕ ਐਸਿਡ. ਇਹਦੇ 'ਚ ਕੀ ਹੈ ਕਿ ਵੀ ਰਿਐਕਟ ਸਮ ਐਸਿਡ ਵਿਦ ਸਮ ਐਲਕੋਹਲ ਟੂ ਫਾਰਮ COOR. CH3R ਤਾਂ ਅੱਗੇ ਲੱਗਿਆ ਹੀ ਹੋਊਗਾ. ਸੋ ਐਸਟਰ ਇਜ਼ ਫਾਰਮ, ਆਹ ਹੋ ਗਿਆ RCOOR- ਜਿਹਨੂੰ ਲਿਖ ਦਿੰਦੇ ਹਾਂ. ਇਨ ਦਿਸ ਕੇਸ, ਇਨ ਦਿਸ ਰਿਐਕਸ਼ਨ, ਆਕਸੀਜਨ ਆਫ ਈਥੇਨੋਲ, ਦਿਸ ਹੈਜ਼ ਬਿਨ ਲੇਬਲਡ ਐਜ਼ ਆਕਸੀਜਨ 18. ਬਾਕੀ ਦੀਆਂ ਜਿਹੜੀਆਂ ਆਕਸੀਜਨਸ ਐਸਿਡ ਦੀਆਂ, ਦੇ ਆਰ ਆਕਸੀਜਨ 16. ਸਿਰਫ ਆਹ ਵਾਲੀ ਹੈ ਜਿਹੜੀ 18 ਹੈ. ਸੋ ਆਫਟਰ ਦਾ ਰਿਐਕਸ਼ਨ ਇਜ਼ ਓਵਰ, reaction is carried out, after the reaction is over, then products are separated. The water ne to waise evaporate ho jana. So this product is enu labde hain ide chon ke oxygen ide ch 18 aayi hai ya nahi aayi. Oxygen 18 wala atom jada liya si, we verify the oxygens in the product. Now it was found to be in ester. ਸੋ ਐਸਟਰ ਦੇ ਵਿੱਚ ਇਹਦਾ ਮਤਲਬ ਆਹ ਗਰੁੱਪ ਆ ਗਿਆ. ਕਿੱਥੋਂ ਆਇਆ ਇਹ? ਇਟ ਕੇਮ ਫਰੋਮ ਹੇਅਰ, ਐਸਿਡ ਤੋਂ ਆਇਆ. ਸੋ ਓ ਐਚ ਗਰੁੱਪ ਆਫ ਐਲਕੋਹਲ ਹੈਜ਼ ਬਿਨ ਆਇਓਨਾਈਜ਼ਡ. ਠੀਕ ਹੈ ਸਰ, ਆਹ ਓ ਐਚ ਗਰੁੱਪ ਐਸ ਐਚ ਇਕੱਠਾ ਹੀ ਚਲਿਆ ਜਾਂਦਾ ਫੋਰ ਮੇਕਿੰਗ ਆਫ ਵਾਟਰ. ਸੋ ਦੀਜ ਓ ਐਚ ਐਂਡ ਐਚ ਕੰਬਾਈਨ ਟੂ ਫੋਰਮ ਵਾਟਰ ਐਂਡ ਸੀ ਐਚ 3 ਸੀ ਓ ਐਂਡ ਓ ਸੀ 2 ਐਚ 5 they combine to form ester molecule. So nowadays when we write mechanism for this reaction, we show breakage of OH bond of alcohol, not of acid. So this was helpful in determining mechanism of the reaction, isotopic labeling. Then next method is kinetic studies. ਕਾਈਨੈਟਿਕ ਸਟੱਡੀਜ਼ ਦੇ ਬੇਟਾ ਅਸੀਂ ਕੋਈ ਇਕੁਏਸ਼ਨ ਲਿਖਦੇ ਹਾਂ, ਦੈਨ ਵੀ ਰਾਈਟ ਇਟਸ ਐਕਸਪੈਰੀਮੈਂਟ ਇਜ਼ ਡਨ ਅ ਨੰਬਰ ਆਫ ਟਾਈਮਸ. ਸੋ ਵੀ ਰਾਈਟ, ਵੀ ਟੇਕ ਦ ਕੋਨਸਨਟ੍ਰੇਸ਼ਨ ਆਫ ਡਿਫਰੈਂਟ ਰਿਐਕਟਿੰਗ ਸਪੀਸ਼ੀਜ਼, ਦੈਨ ਆਫਟਰ ਸਰਟਨ ਐਗਜ਼ਾਮੀਨੇਸ਼ਨ, ਆਫਟਰ ਐਕਸਪੈਰੀਮੈਂਟਿੰਗ, ਵੀ ਕਮ ਟੂ ਦ ਕੰਕਲੂਜਨ ਦੈਟ ਇਨ ਦ ਗਿਵਨ ਰਿਐਕਸ਼ਨ ਦ ਕੋਨਸਨਟ੍ਰੇਸ਼ਨ ਆਫ ਸਪੀਸ਼ੀਜ਼ ਏ ਔਰ ਬੀ ਔਰ ਸੀ, how it influences the rate of the reaction. So there are two types of expressions for rate law. One is theoretical. Theoretical ਲਈ ਤਾਂ ਜਿਸ ਤਰ੍ਹਾਂ ਸਾਨੂੰ ਦਿੱਤਾ ਹੋਵੇ ਕੋਈ ਇਕੁਏਸ਼ਨ, ਜਿਸ ਤਰ੍ਹਾਂ ਹੀ ਦਿੱਤੀ ਹੋਈ ਹੈ, ਦ ਐਗਜ਼ਾਮਪਲ ਗਿਵਨ ਇਜ ਫੋਰ ਟਰਸ਼ਰੀ ਬੁਟਾਈਲ ਬਰੋਮਾਈਡ ਵਿਦ ਓ ਐਚ ਨੈਗੇਟਿਵ ਆਇਨਸ. ਸੋ ਰਿਪਲੇਸਮੈਂਟ ਆਫ ਬੀ ਆਰ ਇਜ਼ ਵਿਦ ਓ ਐਚ ਗਰੁੱਪ. ਸੋ ਜਿੱਥੇ ਰਿਪਲੇਸਮੈਂਟ ਹੁੰਦੀ ਹੈ, ਡਿਸਪਲੇਸ ਕਰਦਾ ਹੈ, ਇੱਕ ਦੀ ਥਾਂ ਦੂਜਾ ਆ ਜਾਂਦਾ, ਦੈਟ ਇਜ਼ ਨੋਨ ਐਜ ਸਬਸਟੀਟਿਊਸ਼ਨ ਰਿਐਕਸ਼ਨ. ਇੱਕ ਦੀ ਥਾਂ 'ਤੇ ਦੂਸਰਾ ਆ ਗਿਆ, ਅਤੇ ਵੈਸੇ ਵੀ ਆਪਾਂ ਸਬਸਟੀਟਿਊਸ਼ਨ ਟਰਮ ਯੂਜ਼ ਕਰਦੇ ਹਾਂ. ਬਟ ਨਾਓ ਬਿਕੋਜ਼ ਓ ਐਚ ਨੈਗੇਟਿਵ ਇਜ਼ ਨੈਗੇਟਿਵਲੀ ਚਾਰਜਡ, ਸੋ ਇਟ ਇਜ਼ ਅ ਨਿਊਕਲੀਓਫਾਈਲ,
ਤਾਂ ਇਹਨੂੰ ਕਹਿੰਦੇ ਆ ਨਿਊਕਲੀਓਫਿਲਿਕ ਸਬਸਟੀਟਿਊਸ਼ਨ। ਹੁਣ ਇਸ ਕੇਸ ਦੇ ਵਿੱਚ ਆ ਰਿਐਕਸ਼ਨ ਲਈ ਇਫ ਵੀ ਆਰ ਆਸਕ ਟੂ ਰਾਈਟ ਥਿਓਰੈਟੀਕਲ ਰੇਟ ਲਾਅ ਐਕਸਪ੍ਰੈਸ਼ਨ, ਹੈ ਨਾ, ਇਹਦੇ 'ਚ ਕੀ ਲਿਖਾਂਗੇ ਫਿਰ ਰੇਟ, ਔਰ ਆਰ ਵੀ ਰੇਟ ਲਈ ਕੇ ਫਿਰ ਲੈਂਦੇ ਹਾਂ, ਰੇਟ ਇਜ਼ ਪ੍ਰਪੋਰਸ਼ਨਲ ਟੂ ਕੋਨਸਨਟ੍ਰੇਸ਼ਨ ਆਫ CH3 thrice C ਆ ਸਪੀਸੀਜ਼ ਦਿਸ ਵਨ, ਇਹਨੂੰ ਬ੍ਰੈਕਟ ਦੇ ਵਿੱਚ ਜਿਵੇਂ ਆਹ ਲਿਖਿਆ ਹੋਇਆ ਬ੍ਰੈਕਟ 'ਚ ਪੁੱਟ ਕਰਦੇ ਹਾਂ, ਥਿਓਰੈਟੀਕਲ ਲਈ ਫਿਰ OH ਵੀ ਕੰਸਿਡਰ ਕਰਾਂਗੇ, ਸੋ ਰੇਟ ਹੇਅਰ ਵੁੱਡ ਬੀ ਇਕੁਅਲ ਟੂ ਰੇਟ ਵੁੱਡ ਬੀ ਕੋਨਸਨਟ੍ਰੇਸ਼ਨ ਆਫ ਸਪੀਸੀਜ਼ A ਇੰਟੂ ਕੋਨਸਨਟ੍ਰੇਸ਼ਨ ਆਫ ਸਪੀਸੀਜ਼ B, ਦੋਨਾਂ 'ਤੇ ਡਿਪੈਂਡ ਕਰੂਗਾ। ਹੁਣ ਜਿਵੇਂ ਜੇ ਦੋ ਦਿੱਤੇ ਹੋਏ ਰਿਐਕਟੈਂਟਸ, ਇਹਨੂੰ A ਕਹਿ ਲਈਏ ਅਤੇ ਇਹਨੂੰ B ਕਹਿ ਲਈਏ, ਬਟ ਐਕਸਪੈਰੀਮੈਂਟਲੀ ਇਟ ਹੈਜ਼ ਬਿਨ ਫਾਊਂਡ ਦੈਟ ਰੇਟ ਆਫ ਰਿਐਕਸ਼ਨ ਇਜ਼ ਇਨਫਲੂਐਂਸਡ ਬਾਏ ਦਾ ਕੋਨਸਨਟ੍ਰੇਸ਼ਨ ਆਫ ਦਿਸ ਸਪੀਸੀਜ਼ ਓਨਲੀ। ਸੋ ਇਸ ਲਈ ਐਕਸਪੈਰੀਮੈਂਟਲੀ ਫਾਊਂਡ ਜਿਹੜੇ ਫੈਕਟਸ ਨੇ ਉਹਨਾਂ 'ਤੇ ਬੇਸਡ ਰੇਟ ਐਕਸਪ੍ਰੈਸ਼ਨ A ਲਿਖਿਆ ਹੋਇਆ, ਸੋ ਵਿਚ ਇਜ਼ ਰੇਟ ਇਜ਼ ਇਕੁਅਲ ਟੂ K ਇੰਟੂ CH3 thrice CBR। ਸੋ ਫਾਰਮੂਲਾ ਦੀ ਫਾਰਮ 'ਚ ਇਹਦਾ ਆਪਾਂ ਲਿਖ ਲਿਆ, ਅਤੇ ਵੱਡੀ ਬ੍ਰੈਕਟ ਜਿਹੜੀ ਆਲੇ ਦੁਆਲੇ ਪਾਈ ਹੋਈ ਹੈ ਦੈਟ ਇਜ਼ ਫੋਰ ਸ਼ੋਇੰਗ ਕੋਨਸਨਟ੍ਰੇਸ਼ਨ ਆਫ ਦਾ ਸਪੀਸੀਜ਼। ਅੱਛਾ, ਵੰਸ ਵੀ ਨੋ ਦੈਟ ਦਿਸ ਇਜ਼ ਦਾ ਮੇਨ ਸਪੀਸੀਜ਼ ਵਿਚ ਇਨਫਲੂਐਂਸ ਰੇਟ ਆਫ ਰਿਐਕਸ਼ਨ, ਸੋ ਦੈਨ ਵੀ ਕਮ ਟੂ ਨੋ ਦੈਟ ਦਿਸ ਮਸਟ ਬੀ ਇਨਵੋਲਵਡ ਇਨ ਦਾ ਸਲੋਐਸਟ ਸਟੈਪ। ਸੋ ਉਸ ਲਈ ਫਿਰ ਕੀ ਲਿਖਦੇ ਹਾਂ, ਦੈਨ ਬੇਸਡ ਔਨ ਦਿਸ ਫੈਕਟ ਦ ਮਕੈਨਿਜ਼ਮ ਗਿਵਨ ਇਜ਼ ਦੈਟ CH3 CBR ਸਪੀਸੀਜ਼ ਇਟ ਇਜ਼ ਬ੍ਰੇਕਿੰਗ ਇਨ ਟੂ ਆਇਓਨਾਈਜੇਸ਼ਨ, ਇਹਦੀ ਹੋ ਰਹੀ ਹੈ, ਦਿਸ ਪੇਅਰ ਆਫ ਇਲੈਕਟ੍ਰੋਨ ਇਜ਼ ਗੋਇੰਗ ਵਿਦ ਬ੍ਰੋਮੀਨ ਬਿਕੋਜ਼ ਇਟ ਇਜ਼ ਮੋਰ ਇਲੈਕਟ੍ਰੋ ਨੈਗੇਟਿਵ, ਸੋ C ਪੋਜ਼ਿਟਿਵ ਕਾਰਬੋਕੈਟਾਇਨ ਇਜ਼ ਬੀਂਗ ਫਾਰਮਡ ਐਂਡ BR ਨੈਗੇਟਿਵ ਨਿਊਕਲੀਓਫਾਈਲ ਇਜ਼ ਸੈਪਰੇਟਿੰਗ ਫਰੋਮ ਦਿਸ ਕਾਰਬੋਕੈਟਾਇਨ, ਸੋ ਦਿਸ ਇਜ਼ ਸਲੋਐਸਟ ਸਟੈਪ, ਦਿਸ ਇਜ਼ ਸਲੋ ਸਟੈਪ ਬਿਕੋਜ਼ ਰੇਟ ਆਫ ਰਿਐਕਸ਼ਨ ਡਿਪੈਂਡਸ ਅਪੋਨ ਦ ਸਲੋਐਸਟ ਸਟੈਪ, ਸੋ ਦਿਸ ਸ਼ੁੱਡ ਬੀ ਦ ਸਲੋਐਸਟ ਸਟੈਪ। ਦੋ ਅਸੀਂ ਲਿਖ ਲਈਏ, ਜਿਵੇਂ ਪਹਿਲੇ ਕਾਰਬੋਕੈਟਾਇਨ ਬਣਿਆ, ਦੈਨ ਕਾਰਬੋਕੈਟਾਇਨ ਰਿਐਕਟਸ ਵਿਦ OH ਨੈਗੇਟਿਵ ਟੂ ਫਾਰਮ CH3 thrice COH। ਅੱਛਾ, ਦੋਨੋਂ ਸਟੈਪਸ ਦੇ ਵਿੱਚੋਂ ਐਰੋ ਪਾ ਕੇ ਅਸੀਂ ਲਿਖ ਸਕਦੇ ਹਾਂ, ਦੈਨ ਵੀ ਹੈਵ ਟੂ ਰਾਈਟ ਦ ਫਸਟ ਵਨ, ਸੋ ਚੇਂਜ ਇਨ ਕੋਨਸਨਟ੍ਰੇਸ਼ਨ ਆਫ ਦ ਸਪੀਸੀਜ਼ ਵਿਚ ਇਜ਼ ਰਿਸਪੋਂਸੀਬਲ ਫੋਰ ਇਨਫਲੂਐਂਸਿੰਗ ਰੇਟ ਆਫ ਰਿਐਕਸ਼ਨ, ਜਾਂ ਜਿਹਦੇ 'ਤੇ ਰੇਟ ਆਫ ਰਿਐਕਸ਼ਨ ਡਿਪੈਂਡ ਕਰ ਰਿਹਾ। ਸੋ ਇਹਨੂੰ ਇਹਦੇ 'ਚ, ਕਿਉਂਕਿ ਹੋਰ ਤਾਂ ਕੋਈ ਹੈ ਨਹੀਂ, ਪਹਿਲੇ ਸਟੈਪ 'ਚ ਹੀ ਹੈ ਇਹ ਇਨਵੋਲਵ, ਸੋ ਉਹਦੇ 'ਚ ਜਦੋਂ ਚੇਂਜ ਹੋ ਰਹੀ ਹੈ ਵਿਲ ਰਾਈਟ ਦਿਸ ਇਜ਼ ਅ ਸਲੋ ਸਟੈਪ। ਸੋ ਦਿਸ ਇਜ਼ ਹਾਉ ਵੀ ਕੈਨ ਰਾਈਟ ਮਕੈਨਿਜ਼ਮ ਆਫ ਅ ਰਿਐਕਸ਼ਨ ਬੇਸਡ ਔਨ ਕੋਨਸਨਟ੍ਰੇਸ਼ਨ ਆਫ ਦ ਸਪੀਸੀਜ਼ ਇਨਵੋਲਵ।